अपनियां सजावां पूरियां कर चुके करीब 200 भारतीय कैदी मछेरियां नूं पिछले दिनी पाकिस्तान सरकार ते प्रशासन वल्लों रिहा किया गया, जिन्हां विच्चों एक नौजवान लाहौर जेल विच्चों सज़ा कट के 3 साल बाद अपनियां विचाले पहुंचे। नौजवान सरहदी जिला गुरदासपुर के ब्लाक कलानौर अधीन आते पिंड कामलपुर का रहने वाला है, जिसके कहने मुताबक वह नशे विच सी अते मच्छियां फड़ते हुए बार्डर क्रॉस कर गया सी अते पाकिस्तान पहुंच गया सी, जिथे पाकिस्तान पुलिस ने उसनू फड़ लिया, पुछगिछ की, शरीरक अते मानसिक तसीहे दिते गए। नौजवान हरजिंदर सिंह दे थिरकदे बोल अते सहमिया चेहरा उस नाल हड बीती बयान कर रहे ने। मेरा नाम हरजिंदर सिंह। हरजिंदर सिंह जी, तुसी पाकिस्तान केड़े पिंड रही थी, की करन गए थे, किदां फड़े गए? मैं मछियां फड़दा पया, गलती नाल बॉर्डर क्रॉस कर गया। ਕਿੱਥੋਂ ਦੀ ਗਈ ਕੀਤਾ ਇਹ ਕ੍ਰਾਸ? ਹਸਨਪੁਰ ਫੌਜ ਕਰ ਰੱਖਿਆ, ਫੌਜ ਤੋਂ ਬਾਅਦ ਮੈਨੂੰ ਗੋਰਾ ਜੇਲ੍ਹ ਛੁੱਟ ਛੜਿਆ, ਉਸ ਤੋਂ ਬਾਅਦ ਮੈਨੂੰ ਇੱਧਰ ਸਿਆਲਕੋਟ ਰੱਖਿਆ, ਸਿਆਲਕੋਟ ਤੋਂ ਬਾਅਦ ਮੈਨੂੰ ਫਿਰ ਲਾਹੌਰ ਕੋਲ ਲੱਗ ਪਾ ਜੇਲ੍ਹ 'ਚ ਸੁੱਟਿਆ। ਕਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ ਗਈ? ਪੁੱਛਗਿੱਛ ਉਹਨਾਂ ਨੇ ਪੂਰੀ ਆਪਣੀ ਮੈਨੂੰ ਪੁੱਛਗਿੱਛ ਕਰਦੇ ਰਹੇ, ਕਿੱਦਾਂ ਆਇਆ, ਕੈਸੇ ਆਇਆ, ਕਿੱਦਾਂ ਆਇਆ। ਮੈਂ ਗਲਤੀ ਨਾਲ ਮੈਂ ਬਾਰਡਰ ਕ੍ਰਾਸ ਕਰ ਗਿਆ, ਦਾਰੂ ਪੀਤੀ, ਮੱਛੀਆਂ ਫੜਦਾ ਪਿਆ ਹਾਂ ਮੈਂ, ਤੇ ਮੈਨੂੰ ਮਾਫ ਕੀਤਾ ਜਾਏ। ਕੋਈ ਟਾਰਚਰ ਵੀ ਕੀਤਾ? ਟਾਰਚਰ ਕੀਤਾ ਥੋੜਾ ਜਿਹਾ, ਮਾਰਿਆ 4-5 ਦਿਨ ਮੈਨੂੰ ਮਾਰਿਆ, ਫਿਰ ਦਿਨੇ ਖਿਲਾਰ ਛੱਡਦੇ ਸੀ, ਰਾਤ ਨੂੰ ਵੀ ਖਿਲਾਰ ਛੱਡਦੇ, ਖਲੋਤੇ ਰਹਿਣਾ। ਕੀ ਕਹਿੰਦੇ ਸੀ? ਬਸ ਉਹ ਕਹਿੰਦੇ 10 ਜੋ ਸੱਚ ਹੈਗਾ, ਮੈਂ 10-10 ਕੇ ਪਾਗਲ ਹੋ ਗਿਆ ਉਹਨਾਂ ਨੂੰ, ਮੈਂ ਗਲਤੀ ਨਾਲ ਬਾਰਡਰ ਕ੍ਰਾਸ ਕਰ ਗਿਆ, ਮੈਨੂੰ ਮਾਫ ਕਰ ਦਿਓ। ਫਿਰ ਕੁਛ ਨਹੀਂ, ਮੈਂ 10-10 ਕੇ ਪਾਗਲ ਹੋ ਗਿਆ, ਮੈਨੂੰ ਖਿਲਾਰ ਛੱਡਣਾ ਦਿਨੇ ਵੀ ਰਾਤ ਵੀ ਬਸ। ਫਿਰ ਉਹਨਾਂ ਨੇ ਮੈਨੂੰ ਪੁੱਛ ਗਿੱਛ ਕਰਕੇ ਫਿਰ ਮੈਨੂੰ ਸਿਆਲਕੋਟ ਜੇਲ੍ਹ 'ਚ ਸੁੱਟਤਾ। ਕੇਸ ਵੀ ਚੱਲਿਆ ਕੋਈ? ਹਾਂਜੀ, ਕੇਸ ਚੱਲਿਆ ਸੀ। ਸਜ਼ਾ ਹੋਈ? ਸਜ਼ਾ ਹੋਈ। ਫਾਈਨ ਵੀ ਪਾਇਆ ਉਹਨਾਂ ਨੇ? ਫਾਈਨ ਵੀ ਪਾਇਆ। ਕਿੰਨਾ ਫਾਈਨ ਪਾਇਆ? 10,000 ਜੁਰਮਾਨਾ ਕੀਤਾ। ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਰਿਹਾਅ ਹੋਣ ਲੱਗਿਆ, ਕਿੱਦਾਂ ਪਤਾ ਲੱਗਿਆ ਅਤੇ ਕੀ ਕੀਤਾ, ਕੀ ਮਨ 'ਚ ਆਇਆ ਉਦੋਂ? ਉਹ ਇੱਕ ਦਿਨ ਸ਼ਾਮ ਨੂੰ ਮੈਨੂੰ ਦੱਸ ਕੇ ਗਿਆ ਕਿ ਸੁਬਾ ਜਾਣਾ, ਤਾਂ ਯਕੀਨ ਨਹੀਂ ਹੁੰਦਾ ਕਿ ਝੂਠ ਮਾਰਦਾ ਪਿਆ ਏ, ਕਿ ਮੈਂ ਨਹੀਂ ਤੂੰ ਝੂਠ ਮਾਰਦਾ ਪਿਆ। ਉਹ ਜਦੋਂ ਫਿਰ ਸੁਬਾ ਦੱਸ ਕੇ ਗਿਆ ਕਿ ਸਹੀ ਜਾਣਾ, ਤਿਆਰ ਹੋ ਜਾਓ, ਫਿਰ ਯਕੀਨ ਆਇਆ ਮਨ ਨੂੰ ਕਿ ਸਹੀ ਕਹਿਣ ਡਿਆ। ਨੌਜਵਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉੱਥੇ ਹੋਰ ਵੀ ਬਹੁਤ ਸਾਰੇ ਭਾਰਤੀ ਜੇਲ੍ਹਾਂ ਅੰਦਰ ਬੰਦ ਨੇ, ਉਹਨਾਂ ਵਿੱਚ ਕਈ ਮਹਿਲਾਵਾਂ ਵੀ ਸ਼ਾਮਲ ਨੇ, ਕਈਆਂ ਦੀ ਤਾਂ ਦਿਮਾਗੀ ਹਾਲਤ ਵੀ ਖਰਾਬ ਹੋ ਚੁੱਕੀ ਹੈ। ਜੇਲ੍ਹਾਂ ਨੇ ਇੱਧਰ ਕੋਟਲਾ ਕਪਾਹ, ਜਿੱਥੋਂ ਮੈਂ ਆਇਆ, ਇੱਕ ਕਰਾਚੀ ਹੈ, ਇੱਕ ਆਪਣੇ ਪਿੰਡੀ ਜੇਲ੍ਹ ਹੈ, ਉੱਥੇ ਵੀ ਹੈਗੇ ਸਾਡੇ ਇੰਡੀਅਨ ਕੈਦੀ। ਹਾਂਜੀ, ਕਿੰਨੇ ਕੁ ਬੰਦੇ ਮੈਂਟਲੀ ਅਪਸੈਟ ਹੋ ਚੁੱਕੇ ਨੇ ਮਾਰ ਦੇ ਨਾਲ? ਇਹ 15-12 ਹੋਸਪਿਟਲ ਨੇ, 4 ਉੱਥੇ ਨੇ ਅੰਦਰ, ਜਿਹੜਾ ਦੱਸਦੇ ਨੇ ਬਾਰ ਬਾਰ ਅਸੀਂ ਰਾਜਸਥਾਨ ਦਾ ਰਹਿਣ ਵਾਲਾ, ਕੋਈ ਯੂਪੀ ਦਾ ਰਹਿਣ ਵਾਲਾ, ਕੋਈ ਪਤਾ ਨਹੀਂ ਕਿੱਥੋਂ ਦਾ ਰਹਿਣ ਵਾਲਾ, ਉਹ ਸਾਰੇ ਦੱਸਦੇ ਨੇ ਕਿ ਅਸੀਂ ਇੱਥੋਂ ਇੱਥੋਂ ਦਾ ਰਹਿਣ ਵਾਲੇ ਹਾਂ। ਬਾਅਦ ਜੀ ਉੱਥੇ ਚੱਕਰ ਚੁੱਕਰ ਲਾਏ ਜਾਂਦੇ ਆ, ਦਿਮਾਗ ਤੋਂ ਥੋੜ੍ਹਾ ਜਿਹਾ ਹਿੱਲ ਗਏ ਨੇ। ਮਹਿਲਾਵਾਂ ਵੀ ਹੈਗੀਆਂ ਨੇ, ਉਹ ਮਹਿਲਾਵਾਂ ਵੀ 2 ਮਹਿਲਾਵਾਂ ਉਹ ਦਿਮਾਗੋਂ ਐਬਸੈਂਟ ਨੇ। ਮੈਂ ਮਿਹਰਬਾਨੀ ਕਰਨਾ ਹੈ ਸਰਕਾਰ ਦੇ ਅੱਗੇ, ਉਹਨਾਂ ਹੱਥ ਜੋੜ ਕੇ ਕਿ ਉਹਨਾਂ ਦੇ ਬਾਰੇ ਕੁਝ ਸੋਚਿਆ ਜਾਏ ਉਹਨਾਂ ਦਾ, ਅਤੇ ਉਹਨਾਂ ਨੂੰ ਉੱਥੋਂ ਰਿਹਾਅ ਕਰਾਇਆ ਜਾਏ। ਬੜੀ ਮਿਹਰਬਾਨੀ ਸਰਕਾਰ ਦੀ ਆ, ਵੀ ਸਰਕਾਰ ਦੀ ਇੰਨੀ ਮਿਹਰਬਾਨੀ ਵੀ ਮੇਰਾ ਪੁੱਤ ਵਾਪਸ ਘਰ ਆ ਗਿਆ ਵਾ। ਜਿੱਦਾਂ ਦੇ ਹੋਰ ਵੀ ਆ ਜਿਹੜੇ ਗਏ, ਉਹ ਵੀ ਇੱਦਾਂ ਹੀ ਆਪਣੇ ਘਰ ਵੀ ਆਉਣ, ਆਪਣੇ ਘਰ ਆਉਣ ਅਤੇ ਆਪਣੇ ਪਰਿਵਾਰ ਵਿੱਚ ਖੁਸ਼। ਨੌਜਵਾਨ ਹਰਜਿੰਦਰ ਸਿੰਘ ਅਤੇ ਉਸਦੀ ਮਾਤਾ ਕੁਲਵਿੰਦਰ ਕੌਰ ਨੇ ਜਿੱਥੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਅਪੀਲ ਕੀਤੀ ਹੈ ਕਿ ਪਾਕਿਸਤਾਨ ਜੇਲ੍ਹਾਂ ਵਿੱਚ ਬੰਦ ਹੋਰ ਭਾਰਤੀਆਂ ਨੂੰ ਵੀ ਰਿਹਾਅ ਕਰਵਾ ਲਿਆ ਜਾਵੇ, ਕਿਉਂਕਿ ਉਹਨਾਂ ਦੀ ਹਾਲਤ ਵੀ ਠੀਕ ਨਹੀਂ ਹੈ। ਗੁਰਦਾਸਪੁਰ ਤੋਂ ਅਵਤਾਰ ਦੀ ਰਿਪੋਰਟ, ETV ਭਾਰਤ।